ਗੱਭਰੂ ਲਿਸ਼ਕਾ ਮਾਰੇ ਜਿਵੇਂ ਡਾਇਮੰਡ ਹੋਵੇ ਮਹਿੰਗਾ। ਵੈਲਕਮ ਬੈਕ ਗਾਇਸ, ਕੀ ਹਾਲ ਚਾਲ, ਸਾਧੂ ਫਲੀ, ਸਾਰੇ ਵਧੀਆ ਹੋਵੋਗੇ। ਖਜਾਲਾ, ਮੈਂ ਪੰਜਾਬ ਬੋਲਦਾ, ਆਜੋ ਮੈਡ ਮਿਕਸ ਦਾ ਮਿਊਜ਼ਿਕ ਆ, ਲੈਟਸ ਸਟਾਰਟ ਖਜਾਲੇ ਬਾਈ ਦਾ ਨਵਾਂ ਗੀਤ। ਮਾਰੀ ਕਿਸੇ ਨੇ ਆਵਾਜ਼, ਗੱਲ ਸੁਣਿਓ ਜਨਾ, ਪਿੱਛੇ ਮੁੜ ਕੇ ਮੈਂ ਵੇਖਿਆ ਖੜਾ ਸੀ ਪੰਜਾਬ। ਖੂਨ ਅੱਖਾਂ ਵਿੱਚੋਂ ਚੋਵੇ ਹੱਟ ਲੱਗੇ ਬੇਹਿਸਾਬ, ਮੈਂ ਪੁੱਛਿਆ ਜੀ ਕਿੱਦਾਂ, ਉਹਨੇ ਦਿੱਤਾ ਨਾ ਜਵਾਬ। ਗੱਲ ਵਕੜੀ ਜੀ ਪਾਲੀ ਉਹਨੇ ਮੈਨੂੰ ਭੱਜ ਕੇ, ਮੈਂ ਕਿਉਂ ਪੁੱਛ ਬੈਠਾ ਹਾਲ ਯਾਰੋ। ਕਿਆ ਬਾਤ ਹੈ ਯਾਰ, ਗੂਜ਼ ਬੰਪਸ, ਕਿਆ ਲਿਖਤਾ ਖਜਾਲਿਆ, ਵਾਕਈ ਕਲਮ ਚ ਦਮ ਹੈ ਬੰਦੇ ਦੀ ਚ, ਵਾਕਈ ਉਹਦੇ ਦਿਲ ਚ ਦਰਦ ਹੈ ਪੰਜਾਬ ਵਾਸਤੇ। ਬਹੁਤੇ ਤਗੜੇ ਕਲਾਕਾਰਾਂ ਨਾਲ ਤਾਂ ਯਾਰ ਆਹ ਜਿਹੜੇ ਨਵੇਂ ਮੁੰਡੇ ਨੇ ਇਹੀ ਚੰਗੇ ਨੇ। ਉਹਦੇ ਪੈਰਾਂ ਚ ਸੀ ਛਾਲੇ, ਉਹਦੇ ਕੇਸਾਂ ਵਿੱਚ ਮਿੱਟੀ, ਪੱਜੇ ਪਿੱਠ ਚ ਸੀ ਛੁਰੇ, ਲਈ ਚਾਦਰ ਸੀ ਚਿੱਟੀ। ਬੋਲੇ ਨਾ ਤੇਰੋਈ ਜਾਵੇ, ਮੈਥੋਂ ਦੂਰ ਹੋਈ ਜਾਵੇ, ਮੈਨੂੰ ਲੱਗ ਗਿਆ ਪਤਾ ਕੁਝ ਤਾਂ ਲਕੋਈ ਜਾਵੇ। ਮੇਰੇ ਉੱਡ ਗਏ ਸੀ ਰੰਗ, ਮੇਰੀ ਰੂਹ ਵੀ ਗਈ ਸੀ ਕੰਬ, ਜਦੋਂ ਬੁੱਕਲ ਚੋਂ ਕੱਢੇ ਉਹਨੇ ਪਾਤਸ਼ਾਹ ਦੇ ਅੰਗ। ਕਹਿੰਦਾ ਹੁਣੇ ਮੈਂ ਸ਼ਿਟ ਮੈਨ, ਸ਼ਿਟ ਮੈਨ ਯਾਰ, ਆਹ ਗੀਤ ਸੁਣ ਕੇ ਵੀ ਅਕਲ ਨਹੀਂ ਆਉਣੀ ਲੋਕਾਂ ਨੂੰ ਕਦੀ। ਇਹਦੇ 'ਚ ਤਾਂ ਉਹ ਕੋਈ ਕਿਸੇ ਸਟੇਟ ਨੇਸ਼ਨ ਦੀ ਜਾਂ ਕਿਸੇ ਦੀ ਗੱਲ ਨਹੀਂ ਕਰ ਰਿਹਾ, ਇੱਥੇ ਤਾਂ ਪੰਜਾਬ ਦਾ ਦੁੱਖ ਦੱਸ ਰਿਹਾ ਉਹ। ਹਜੇ ਤਾਂ ਮੰਨ ਲਓ ਯਾਰ, ਹੁਣ ਤਾਂ ਕਹਿ ਦਿਓ ਕਿ ਹਾਂ ਪੰਜਾਬ ਨਾਲ ਗਲਤ ਹੋ ਰਿਹਾ, ਹੁਣ ਤਾਂ ਖੜ ਜਾਈਏ ਯਾਰ ਇਕੱਠੇ ਸਾਰੇ ਜਾਣੇ ਆਪਾਂ। ਮੈਂ ਲਿਆਂਦੇ ਨਾਲੀਆਂ ਚੋਂ ਕੱਢ ਕੇ, ਮੈਂ ਕਿਉਂ ਪੁੱਛ ਬੈਠਾ ਹਾਲ ਯਾਰ। ਝੋਲੇ ਵਿੱਚੋਂ ਉਹਨੇ ਕੱਢ ਲਈਆਂ ਤਸਵੀਰਾਂ, ਕੁਝ ਯੋਧੇ ਕੁਝ ਉਹ ਸੀ ਜਿੰਨਾ ਵੇਚੀਆਂ ਜ਼ਮੀਰਾਂ। ਕਹਿੰਦਾ ਆ ਨੇ ਮੇਰੇ ਪੁੱਤ ਜਿਹੜੇ ਚਿੱਟੇ ਨਾਲ ਮੋਏ, ਕੁਝ ਆ ਨੇ ਮੇਰੇ ਬੱਚੇ ਜਿਹੜੇ ਪਰਦੇਸੀ ਹੋਏ, ਜਿਹੜੇ ਵੀ। ਵੈਸੇ ਸਾਡੀ ਬਹੁਤ ਵੱਡੀ ਤਰਾਸਦੀ ਹੈ, ਬਹੁਤ ਵੱਡੀ ਤਰਾਸਦੀ ਹੈ ਸਾਡੀ ਇਹ, ਕਿ ਜਿਹੜਾ ਨਾ ਪੰਜਾਬ ਦਾ ਹਰ ਬੱਚਾ ਬਾਹਰ ਹੀ ਤੁਰਿਆ ਜਾਂਦਾ ਯਾਰ, ਉੱਥੇ ਵੀ ਓਨੇ ਹੀ ਨਸ਼ੇ ਨੇ, ਉੱਥੇ ਗਨ ਵਾਇਲੈਂਸ ਪੰਜਾਬ ਨਾਲੋਂ ਵੀ ਜ਼ਿਆਦਾ ਆ। ਡਾਲਰਾਂ ਪਿੱਛੇ ਆ ਯਾਰ ਅਸੀਂ, ਚਾਰ ਪੈਸੇ ਬਣ ਜਾਣ, ਚਾਰ ਪੈਸੇ ਬਣ ਜਾਣ, ਚਾਰ ਪੈਸੇ ਬਣ ਜਾਣ। ਗੱਲ ਪਤਾ ਕੀ, ਅਸੀਂ ਪਿੱਛੇ ਨਾ ਪੂਰਾ ਇੱਕ
ਜਿਹੜਾ ਹੱਕ ਹੈ ਨਾ ਪੰਜਾਬ ਦੀ ਜ਼ਮੀਨ 'ਤੇ, ਪੰਜਾਬ 'ਤੇ, ਅਸੀਂ ਉਹੀ ਛੱਡੀ ਜਾ ਰਹੇ ਹਾਂ ਅਤੇ ਆਊਟਰ ਸਟੇਟਸ ਦੇ ਲੋਕ ਆ ਕੇ ਉਸ 'ਤੇ ਜਮ੍ਹਾਂ ਹੀ ਹੱਕ ਜਿਤਾ ਲਿਆ ਉਹਨਾਂ ਲੋਕਾਂ ਨੇ। ਸਾਨੂੰ ਕੋਈ ਦੁੱਖ ਨਹੀਂ, ਉਹ ਆਉਣ, ਪਰ ਅਸੀਂ ਆਪਣਾ ਹੱਕ ਕਿਉਂ ਛੱਡ ਰਹੇ ਹਾਂ? ਉਹ ਵੀ ਆਪਣਾ ਹੱਕ ਜਿਤਾਉਣ ਪੰਜਾਬ ਸਾਰੇ ਦਾ, ਪਰ ਅਸੀਂ ਆਪਣਾ ਹੱਕ ਕਿਉਂ ਛੱਡ ਰਹੇ ਹਾਂ? ਬਚਦੇ ਉਹਨਾਂ ਨੂੰ ਦੁੱਖ ਉਦੋਂ ਹੁੰਦਾ ਜਦੋਂ ਬੰਦਾ ਦੇਖਦਾ ਹੈ ਕਿ ਕਈਆਂ ਦਾ ਇਕੱਲਾ ਇਕੱਲਾ ਜਵਾਕ ਆ ਉਹ ਵੀ ਘਰ 'ਤੇ। ਚਲੋ ਬਹੁਤ ਹੀ ਮਾੜਾ ਹਾਲ ਹੈ ਘਰ ਦਾ, ਫਿਰ ਬੰਦਾ ਸਮਝ ਲੈਂਦਾ। ਕਈਆਂ ਦਾ ਤਾਂ ਦੇਖਿਆ ਯਾਰ, ਵਧੀਆ ਕਾਰੋਬਾਰ ਚੱਲਦੇ ਬਾਪੂਆਂ ਦੇ, ਵਧੀਆ ਪੈਸੇ ਬਣਦੇ ਆ, ਫਿਰ ਵੀ ਉਹੀ ਹਾਲ। ਗੈਂਗ ਵਾਰ ਚ ਮਰਾਉਣਾ ਸਾਰੇ ਬੈੱਡ ਵਿੱਚ ਬੈਠੇ ਕੇ ਮੈਂ ਖਾਲੀ ਕਦੋਂ ਹੋਣਾ, ਮੇਰੀ ਸਾਰ ਲੈਣ ਵਾਲਾ ਜਦੋਂ ਕੋਈ ਵੀ ਨਾ ਰਹਿ ਜੂ, ਹਰ ਮੰਦਰ ਤੋਂ ਸੋਨਾ ਉਹ ਤੋਂ ਚਿੱਟੇ ਦਿਨ ਲੈ ਜੂ ਬੱਚੇ। ਆ ਦਿਨ ਦੂਰ ਨਹੀਂ ਪੰਜਾਬੀਓ, ਇਹ ਦਿਨ ਦੂਰ ਨਹੀਂ ਪੰਜਾਬੀਓ, ਛੱਡੋ ਸਿੱਖੋ, ਇਹ ਗੱਲ ਦੂਰ ਨਹੀਂ। ਜਿੱਦਣ ਦਰਬਾਰ ਸਾਹਿਬ ਦੇ ਉੱਤੋਂ ਸੋਨਾ ਤਾਰਨ ਲਈ ਇਹਨਾਂ ਨੇ ਸਰਕਾਰ ਵੱਲੋਂ ਇੱਕ ਸਾਈਨ ਕਰਾ ਕੇ ਲੈਣੇ ਆ, ਮੈਂ ਤਾਂ ਆਪਣੇ ਜਿੰਦੇ ਜੀ ਇੱਦਾਂ ਦਾ ਕੁਛ ਹੋਣ ਨਹੀਂ ਦਿੰਦਾ। ਇਹ ਉੱਦਣ ਹੀ ਹੋਊਗਾ ਜਿੱਦਣ ਆਪਾਂ ਤਾਂ ਆਪਣਾ ਕੰਡ ਕਰਕੇ ਹੋਵਾਂਗੇ। ਪੰਜ ਕਰੋ ਪੈਦਾ ਵਿੱਚੋਂ ਦੋ ਨੂੰ ਭੇਜੋ ਬਾਹਰ, ਇੱਕ ਘਰ ਦੇ ਕਮਾਂ ਨੂੰ ਦੋ ਮੇਰੇ ਪੈਰੇ ਦਾ ਫਾਲੋ। ਦੁਨੀਆਂ 'ਚ ਹਰ ਜਗ੍ਹਾ 'ਤੇ ਪੰਜਾਬੀਆਂ ਦੀ ਗੱਲ ਸਮਝ ਆਈ, ਇੱਕ ਇੱਕ ਬੱਚੇ ਦੀ ਸਬਰ ਕਿਉਂ ਕਰਨ ਲੱਗ ਗਏ ਸੀ? ਇੱਕ ਬੱਚਾ ਜੰਮ ਲਿਆ, ਦੋ ਜੰਮ ਲੈ, ਪਹਿਲਾਂ ਕਿੰਨੇ ਕਿੰਨੇ ਸੀਗੇ, ਚਾਰ ਚਾਰ ਪੰਜ ਪੰਜ ਹੁੰਦੇ। ਬਾਹਰ ਗੋਰਿਆਂ ਦੇ ਅੱਜ ਵੀ ਤਿੰਨ ਤਿੰਨ ਚਾਰ ਚਾਰ ਜਵਾਕ ਜੰਮਦੇ ਗੋਰੇ, ਕਈ ਤਾਂ ਜੰਮਦੇ ਹੀ ਨਹੀਂ, ਠੀਕ ਹੈ, ਕਈ ਤਿੰਨ ਤਿੰਨ ਚਾਰ ਚਾਰ ਜਵਾਕ ਜੰਮਦੇ। ਕਈਆਂ ਦੀ ਅਸੀਂ ਆਪ ਇੰਸਟਾਗ੍ਰਾਮ 'ਤੇ ਵੀਡੀਓ ਵੇਖਦੇ, 7-8 ਜਵਾਕ ਜੰਮੇ ਹੋਏ ਨੇ। ਅਸੀਂ ਕਿਉਂ ਨਹੀਂ ਜੰਮਦੇ? ਦੋ ਗੱਲਾਂ ਨੇ, ਜਾਂ ਤਾਂ ਸਾਡੇ 'ਚ ਇੰਨੀ ਸਮਰੱਥਾ ਨਹੀਂ ਹੈਗੀ, ਅਸੀਂ ਹੁਣ ਟੀਕਿਆਂ 'ਤੇ ਗਿੱਝ ਗਏ। ਗੱਲ ਬਿਲਕੁਲ ਸਹੀ ਗਈ ਖਜਾਲੇ ਵੀਰ ਨੇ, ਦੋ ਬਾਹਰ ਘੱਲੋ ਜਿਹੜੇ ਘਰ 'ਤੇ ਖਰਚਾ ਚਲਾਉਣ ਵਧੀਆ ਤਰੀਕੇ ਨਾਲ, ਇੱਕ ਇੱਥੇ ਰਹਿ ਕੇ ਘਰ ਦਾ ਦੇਖਭਾਲ ਕਰੇ, ਅਤੇ ਦੋ ਆ ਕੇ ਕੌਮ ਲਈ ਕਰਨ। ਜਿਹੜੇ ਮਾਰਨ ਹੱਕਾਂ ਲਈ ਤੇਗਾ ਵੱਧ ਵੱਧ ਕੇ, ਮੈਂ ਕਿਉਂ ਪੁੱਛ ਬੈਠਾ ਹਾਲ ਯਾਰੋ, ਓ ਰੋ ਪਿਆ ਪੰਜਾਬ ਮੇਰੇ ਗਲ ਲੱਗ ਕੇ, ਰੋ ਪਿਆ ਪੰਜਾਬ ਯਾਰੋ, ਰੋ ਪਿਆ ਪੰਜਾਬ ਮੇਰਾ। ਹਿੰਦੂਆਂ 'ਤੇ ਰੋਸਾ ਮੁਸਲਮਾਨਾਂ ਨਾਲ ਗਿਲੇ, ਇਹ ਕਦੇ ਵੀ ਨਹੀਂ ਆ ਕੇ ਮੈਨੂੰ ਪੁੱਤਾਂ ਵਾਂਗੂ ਮਿਲੇ। ਮੇਰੇ ਗੁਰੂ ਨੇ ਜੰਜੂਲੀ ਸੀਸ ਦਿੱਲੀ 'ਚ ਕਟਾਇਆ, ਹਰਿਮੰਦਰ ਦੀ ਨੀਂਹ ਨੂੰ ਸਾਈ ਮੀਆਂ ਮੀਰ ਤੋਂ ਰਖਾਇਆ। ਸਾਰੇ ਇਕੱਠੇ ਹੋ ਕੇ ਆਓ, ਮੇਰੀ ਹੋਂਦ ਨੂੰ ਬਚਾਓ, ਮਾਂ ਬੋਲੀ ਆਪਣੀ ਸਾਰੇ ਪੰਜਾਬੀ ਹੀ ਲਿਖਾਓ। ਉਹ ਵੀ ਪੁੱਤ ਸੀ ਜੋ ਹੱਦ ਮੇਰੀ ਮੁਲਤਾਨ ਤੱਕ ਲੈ ਗਏ, ਇੱਕ ਹੁਣ ਵਾਲੇ ਪੁੱਤ ਬਸ ਰੀਲਾਂ ਜੋਗੇ ਰਹਿ ਗਏ। ਆਜ਼ਾਦ ਦੇਸ਼ ਵਿੱਚ ਵੇਖੋ ਮੇਰੇ ਤਖ਼ਤ ਵੀ ਟਹਿ ਗਏ, ਧੀਆਂ ਇੱਜ਼ਤ ਗਵਾਈ ਟਹਿਰ ਗਲਾਂ ਵਿੱਚ ਪੈ ਗਏ। ਖਜਾਲੇ ਵਾਲਿਆ ਲਿਆ ਦੇ ਕਿਤੇ ਨਲੂਏ ਨੂੰ ਲੱਭ ਕੇ, ਹੋਏ ਕਦ ਤੋਂ ਪੁੱਛ ਬੈਠਾ ਹਾਲ ਯਾਰੋ। ਵਾਹ 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 ਖਜਾਲਿਆ, ਵਾਹ ਵਾਹ। ਦੋ ਹੀ ਗੱਲਾਂ ਕਰੂੰਗਾ ਹੁਣ ਮੈਂ, ਕਿ ਹੁਣ ਉਹਨੇ ਵਿੱਚ ਕੀ ਗਏ ਆਖਰੀ 'ਚ, ਕਿ ਹਿੰਦੂਆਂ ਨਾਲ ਰੋਸਾ, ਮੁਸਲਮਾਨਾਂ ਨਾਲ ਮੇਰਾ ਗਿਲਾ, ਕਿ ਸਾਈ ਮੀਆਂ ਮੀਰ ਜੀ ਤੁਸੀਂ
ਅਕਾਲ ਤਖਤ ਸਾਹਿਬ ਦੀ ਨਹੀਂ ਰਖਾਈ, ਹਿੰਦੂਆਂ ਲਈ ਸਾਡੇ ਨੌਵੇਂ ਪਾਤਸ਼ਾਹ ਨੇ ਆਪਣਾ ਸੀਸ ਦਿੱਤਾ। ਅਤੇ ਉਸ ਯਾਰ ਕਿਤੇ ਨਾ ਕਿਤੇ ਗੱਲ ਠੀਕ ਹੈ ਕਿ ਪੁੱਤਾਂ ਵਾਂਗੂ ਨਹੀਂ ਮਿਲਦੇ, ਮਤਲਬ ਅਜੀਬ ਜਿਹਾ ਕਿ ਪੰਜਾਬ 'ਤੇ ਪੰਜਾਬੀਆਂ ਦਾ ਸਿੱਖਾਂ ਦਾ ਇੱਦਾਂ ਨਹੀਂ ਹੈਗਾ ਯਾਰ, ਸਾਡਾ ਸਾਰਿਆਂ ਦਾ ਆ। ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਨੂੰ ਲੀਰੋ ਲੀਰ ਕੀਤਾ ਜਾਂਦਾ ਤਾਂ ਉਹਦੇ ਵਿੱਚ ਸਾਰੇ ਪੰਜਾਬੀਆਂ ਦਾ, ਹਿੰਦੂਆਂ ਦਾ, ਸਿੱਖਾਂ ਦਾ, ਮੁਸਲਮਾਨਾਂ ਦਾ, ਕ੍ਰਿਸ਼ਨਾਂ ਦਾ, ਜਿੰਨੇ ਵੀ ਧਰਮ ਨੇ ਹੈਗੇ ਨੇ ਪੰਜਾਬ 'ਚ, ਸਭ ਦੀ ਉੱਚ ਤੌਣੀ ਵੀ ਹੁੰਦੀ ਹੈ। ਇਹ ਗੱਲ ਅਸੀਂ ਕਿੱਦਣ ਸਮਝਾਂਗੇ, ਸਾਰੇ ਭਰਾ ਆ ਅਸੀਂ। ਮੇਰੇ ਆਪਣੇ ਯਾਰਾਂ ਦੇ ਵਿੱਚ ਸਿੱਖ ਮੁੰਡੇ ਤਾਂ ਬਾਲ ਬਾਹਰ ਚਲ ਗਏ ਆਲਮੋਸਟ ਸਾਰੇ, ਇੱਥੇ ਬਹੁਤ ਸਾਰੇ ਹਿੰਦੂਆਂ ਨਾਲ ਮੇਰੀ ਵੀ ਯਾਰੀ ਹੈਗੀ ਹੈ, ਨਿੱਤ ਘੁੰਮੀ ਦਾ ਗੇੜੀਆਂ ਮਾਰੀ ਦੀਆਂ, ਉਹਨਾਂ ਨਾਲ ਵੀ ਇਹੀ ਗੱਲ ਕਰੀਦੀ ਆ। ਉਹ ਵੀ ਇਹ ਇੱਕ ਗੱਲ ਕਹਿੰਦੇ ਕਿ ਭਰਾ ਸਾਡਾ ਕੋਈ ਦੁਸ਼ਮਣੀ ਨਹੀਂ, ਅਸੀਂ ਵੀ ਇਹੀ ਗੱਲ ਕਹਿੰਦੇ ਸਾਡੀ ਵੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ, ਇਕੱਠੇ ਹੋ ਜਾਈਏ ਯਾਰ, ਇਕੱਠੇ ਹੋ ਜਾਈਏ, ਹੌਲੀ ਹੌਲੀ ਕਰਕੇ ਸਾਰਾ ਸਿਸਟਮ ਸੈੱਟ ਕਰਨਾ ਸ਼ੁਰੂ ਕਰੀਏ। ਅਸੀਂ ਨੌਜਵਾਨਾਂ ਨੇ ਕਰਨਾ, ਸਾਰੇ ਕਰ ਲਈਏ। ਤੁਸੀਂ ਕਈ ਕਹਿੰਦੇ ਹੋ ਨਾ ਹਰਿਆਣਵੀ ਭਰਾ ਕਹਿੰਦੇ ਹੋ ਕਿ ਯਾਰ, ਜਾਂ ਫਿਰ ਹੋਰਲੇ ਕਈ ਬਾਹਰਲੇ ਕਹਿੰਦੇ ਹੋ ਕਿ ਯਾਰ ਸਿੱਖਾਂ ਨੂੰ ਕੀ ਮਿਲ ਜੂ ਅਲੱਗ ਨੇਸ਼ਨ ਲੈ ਕੇ। ਅਸੀਂ ਅਲੱਗ ਨੇਸ਼ਨ ਮੰਗਦੇ ਨਹੀਂ ਤੁਹਾਡੇ ਤੋਂ, ਤੁਸੀਂ ਸਾਡੇ ਨਾਲ ਖੜੇ ਹੋ ਜਾਓ ਸਾਰੇ, ਕਿਉਂਕਿ ਜੇ ਤੁਸੀਂ ਸਾਡੇ ਨਾਲ ਕਿਸੇ ਨੇ ਖੜਨਾ ਹੀ ਨਹੀਂ ਫਿਰ ਅਸੀਂ ਤੁਹਾਡੇ ਨਾਲ ਰਹਿਣਾ ਕਿਉਂ ਆ। ਉਹ ਗੁਆਂਢੀ ਨੂੰ ਗਲੀ 'ਚੋਂ ਕੋਈ ਨਹੀਂ ਬੁਲਾਉਂਦਾ ਜਿਹੜਾ ਗੁਆਂਢੀ ਕਿਸੇ ਦੇ ਔਖੇ ਟਾਈਮ 'ਚ ਨਹੀਂ ਖੜਦਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ।